ਹੁਸ਼ਿਆਰਪੁਰ ਦੇ ਪਿੰਡ ਮੜੁੱਲੀ ਬ੍ਰਾਹਮਣਾ ਵਿਖੇ ਸ਼੍ਰੀ ਦੁਰਗਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੀਆਂ ਪ੍ਰਸਿੱਧ ਪਾਰਟੀਆਂ ਨੇ ਭਾਗ ਲਿਆ ਅਤੇ ਸੰਗਤਾਂ ਨੇ ਵੀ ਖੂਬ ਇਸ ਜਾਗਰਣ ਦਾ ਆਨੰਦ ਮਾਣਿਆ ਅਤੇ ਲੰਗਰ ਅਟੁੱਟ ਵਰਤਾਇਆ ਗਿਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼ ਦੇ ਨਾਲ ਗੁਲਜ਼ਾਰ ਹੁਕੜਾ। ਬੰਦ ਨਾ ਕਰੀ ਲਾਲ ਰੰਗ ਦੇ ਝੰਡਿਆਂ ਉੱਤੇ ਸੋਹਣਾ ਗੋਟਾ ਲਾਈਏ, ਮੇਲਾ ਲੱਗਿਆ ਦਾਤੀ ਦਾ, ਆ ਜਾਓ ਦਰਸ਼ਨ ਕਰਕੇ ਆਈਏ। ਸੋ ਸਾਰੀਆਂ ਰਚਨਾਵਾਂ ਜਗਤ ਪਾਂਡੋ ਆਇਓ ਮੇਰੀ ਮਈਆ, ਮੈਂ ਵੇਖਾਂ ਤੇਰੀ ਅਜਬ ਕਲਾ। ਜਗਤ ਪਾਂਡੋ ਭਗਤ ਪਾਂਡੋ ਕ੍ਰਿਸ਼ਨਾ ਤੇਰੀ ਮੁਰਲੀ ਤੇ ਘਨਾ ਪੈਣ ਨੱਚਦਾ, ਕ੍ਰਿਸ਼ਨਾ ਕ੍ਰਿਸ਼ਨਾ ਤੇਰੀ ਮੁਰਲੀ ਤੇ ਘਨਾ ਪੈਣ ਨੱਚਦਾ, ਕ੍ਰਿਸ਼ਨਾ ਧਰਤੀ ਚੰਨ ਸਿਤਾਰੇ ਨੱਚਦੇ, ਸਾਰੇ ਭਗਤ ਪਿਆਰੇ ਨੱਚਦੇ, ਰਾਤਾਂ ਨੱਚੀ ਮੇਰੀ ਰਾਤ ਨੱਚੀ ਸਾਰੇ ਆਲਮ ਨਗਰ ਨਿਵਾਸੀ ਔਰ ਮਾਂ ਦੁਰਗਾ ਪ੍ਰਬੰਧਕ ਕਮੇਟੀ ਐਨਆਰਆਈ ਜ਼ਵੀਰ ਔਰ ਸਾਡੇ ਬੱਬੂ ਭਾਜੀ ਔਰ ਸੰਜੀਵ ਜੀ ਔਰ ਜੱਸੀ ਜੀ ਔਰ ਟਾਂਡੀ ਭਾਜੀ ਸਾਡੇ ਔਰ ਸੋਨੂ ਭਾਈ ਜੀ, ਸੋ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ। ਮਹਾਮਾਈ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸੰਨ ਧੰਨ ਦੇ ਨਾਲ ਖਜ਼ਾਨੇ ਜਿਹੜੇ ਭਰਪੂਰ ਕਰੇ ਅਤੇ ਮਾਂ ਰਹਿਮਤਾਂ ਹੀ ਰਹਿਮਤਾਂ ਬਖਸ਼ੇ। ਔਰ ਰੋਮੀ ਸੌਂਗ
ਧੀਆਂ ਨੂੰ ਕੁੱਖਾਂ 'ਚ ਕਿਉਂ ਮਾਰ ਦਿੱਤਾ ਜਾਂਦਾ? ਉਹਦੇ ਲਈ ਜਵਾਬ ਲਿਖਿਆ ਹੈ। ਇੱਕ ਬਾਪ ਨੂੰ ਇੱਕ ਇਨਸਾਨ ਨੇ ਸਵਾਲ ਕੀਤਾ ਕਿ ਧੀਆਂ ਨੂੰ ਕੁੱਖਾਂ 'ਚ ਕਿਉਂ ਮਾਰ ਦਿੰਦੇ ਨੇ, ਤੇ ਉਸ ਬਾਪ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਸੁਣੋ ਜ਼ਰਾ ਲਾ। ਕਹਿੰਦਾ ਧੀ ਜਦੋਂ ਹੋ ਜਾਵੇ ਮੁਟਿਆਰ, ਧੀ ਜਦੋਂ ਹੋ ਜਾਵੇ ਮੁਟਿਆਰ, ਲੋਕੀ ਅੱਖਾਂ ਉਹਦੇ ਵੱਲ ਫਰਦੇ ਨੇ, ਬਸ ਇਸੇ ਗੱਲੋਂ ਸ਼ੇਰਾਂ ਵਾਲੀਏ, ਲੋਕੀ ਧੀ ਜੰਮਣ ਤੋਂ ਕਰਦੇ
ਮੇਰੀ ਤਰਫੋਂ ਗੱਲ ਹੈ ਇਹਨਾਂ ਦੇ ਸਾਰਿਆਂ ਲਈ ਮੇਰੇ ਲਈ ਕਿ ਨਜ਼ਦੀਕ ਹੀ ਕਹਿੰਦੇ ਆ ਮਾਵਰ ਜੋ
ਬਾਬੇ ਗੁਰੂ ਲੋਕ ਆ ਜਿਹਨਾਂ ਦੇ ਰੰਗ ਚੜਾਏ ਵੇ ਉਹ ਕਰਦੇ ਨੀ ਸਕਦਾ ਉਹ ਬਸ ਕਰੋ ਹੁਣ ਚੜਦੇ ਸੀ ਹੁਣ ਦੇਖ ਲਓ ਥਾਂ ਥਾਂ
ਮਿਲਦਾ ਨਹੀਂ ਮਿਲਦਾ ਜਿਹੜੇ ਬਾਗ ਕੱਢ ਮਿਲਦਾ ਆਹੀ ਜ਼ਬਾਨ ਤੋਂ ਓਮ ਰਾਧੇ ਸ਼ਾਮ ਵਾਹਿਗੁਰੂ ਅੱਲਾ ਕੁਛ ਬੋਲਣਾ ਪੈਣਾ ਹੈ ਮੁਕਤੀ ਦੇ ਦੇ।
लख दुनियादारी है लख रंग तमाशे ने लख दुनियादारी है मैनू इश्क लगा तेरा तेरी चली कुमारी है इश्क लगा तेरा ਇਤਿਹਾਸਕ ਜਾਗਰਣ ਹੈ ਔਰ ਇਹ 57ਵਾਂ ਜਾਗਰਣ ਜੋ ਕਰਵਾਇਆ ਜਾ ਰਿਹਾ ਇਸ ਵਿਸ਼ੇਸ਼ ਦਿਹਾੜੇ 'ਤੇ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਮੈਂ ਮੁਬਾਰਕਬਾਦ ਦਿੰਦਾ ਖਾਸ ਤੌਰ 'ਤੇ ਸਾਡੇ ਬੱਬੂ ਭਾਅ ਜੀ ਉਹਨਾਂ ਦੇ ਸਾਥੀ ਸਾਡੇ ਸਰਪੰਚ ਸਾਹਿਬ ਔਰ ਸਮੂਹ ਪੰਚਾਇਤ ਸਮੂਹ ਨੌਜਵਾਨ ਸਾਥੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਜਾਗਰਣ ਕਰਵਾਉਣਾ ਕੋਈ ਛੋਟੀ ਗੱਲ ਨਹੀਂ ਹੈ ਮਹਾਮਾਰੀ ਦੀ ਕਿਰਪਾ ਤੋਂ ਬਗੈਰ ਕੋਈ ਵੀ ਜਾਗਰਣ ਜਿਹੜਾ ਉਹ ਸਫਲ ਨਹੀਂ ਹੋ ਸਕਦਾ ਸੋ ਮਹਾਮਾਰੀ ਦੀ ਬਹੁਤ ਅਪਾਰ ਕਿਰਪਾ ਹੈ ਕਿ ਜੋ ਇੰਨਾ ਵਿਸ਼ਾਲ ਜਾਗਰਣ ਹਰ ਸਾਲ 10 ਨੂੰ ਪਹਿਲਾਂ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਹਮੇਸ਼ਾ ਹੀ ਇਸ ਜਾਗਰਣ 'ਤੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਸਾਡੇ ਸ਼ਰਧਾਲੂ ਆਉਂਦੇ ਆ ਔਰ ਸਾਰਿਆਂ ਦੀਆਂ ਜਿਹੜੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਅਤੇ ਮਹਾਮਾਰੀ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ ਕਿ ਸਾਡੀ ਪ੍ਰਬੰਧਕ ਕਮੇਟੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਔਰ ਇਸ ਤਰ੍ਹਾਂ ਦੇ ਜਾਗਰਣ ਹੁੰਦੇ ਰਹਿਣ ਸਮਾਜ ਨੂੰ ਸਹੀ ਦਿਸ਼ਾ ਮਿਲਦੀ ਰਹੇ ਸਾਡੇ ਨੌਜਵਾਨ ਜਿਹੜੇ ਆ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾ ਕੇ ਨਸ਼ਿਆਂ ਤੋਂ ਦੂਰ ਰਹਿਣ ਸੋ ਅੱਜ ਦੇ ਦਿਹਾੜੇ 'ਤੇ ਮੈਂ ਬਹੁਤ ਬਹੁਤ ਆਪਣੇ ਵੱਲੋਂ ਡਾਕਟਰ ਪਾਲ ਵੱਲੋਂ ਸਾਡੇ ਰਵੀ ਜੀ ਮੇਰੇ ਨਾਲ ਹੈ ਉਹਨਾਂ ਵੱਲੋਂ ਮੈਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ।